साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। निरंकारी सत्संग भवन पात्रा च लगाया वैक्सीन कैंप। ज्वाली दोपर वाले 200 व्यक्तियों दी लगाई गई वैक्सीन। पंजाब सरकार अते सेहत विभाग दे वल्लों लोकां दी कोरोना तों सुरक्षा नूं लै के वैक्सीन कैंप लगाउण दी मुहिम लगातार जारी है। इस दे विच शहर दीआं धार्मिक संस्थावां दे वल्लों वध चढ़ के पूरा सहयोग मिल रहा है। इस मुहिम नूं जारी रखदिआं सतगुर माता सुदेशा जी महाराज दी भरपूर आशीर्वाद सदका संत निरंकारी मंडल चैरिटेबल फाउंडेशन ब्रांच पात्रा दे वल्लों संत निरंकारी सतसंग भवन पात्रा विखे पंजवां कोविड-19 रोकथाम दे लई मुफ्त टीकाकरण कैंप लगाया गया। ਵਧੀਆ ਜੀ ਆਪਣੇ ਜਿਹੜੇ ਕੋਵਿਡ-19 ਚੱਲ ਰਿਹਾ ਹੈ ਉਸਦੇ ਕੋਲੋਂ ਜਿਹੜੇ ਟੀਕੇ ਲੱਗ ਰਹੇ ਨੇ ਸਾਡੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਹੈ। ਮੈਂ ਸਭ ਨੂੰ ਬੇਨਤੀ ਕਰਦਾ ਕਿ ਨੌਜਵਾਨ ਵਰਗ ਨੂੰ ਸਾਰਿਆਂ ਨੂੰ ਟੀਕਾ ਵੱਧ ਤੋਂ ਵੱਧ ਲਵਾਉਣਾ ਚਾਹੀਦਾ ਜੀ ਤਾਂ ਕਿ ਅਸੀਂ ਕੋਵਿਡ-19 ਨੂੰ ਦੇਸ਼ ਦੇ ਵਿੱਚੋਂ ਖਤਮ ਕਰ ਸਕੀਏ। ਅੱਜ ਜਿਹੜੇ ਨਿਰੰਕਾਰੀ ਮਿਸ਼ਨ ਵੱਲੋਂ ਜਿਹੜਾ ਦੇਸ਼ ਸੰਗਤ ਜਿਹੜਾ ਕੈਂਪ ਲੱਗਿਆ ਅੱਜ ਵੈਕਸੀਨ ਕੋਵਿਡ-19 ਦਾ, ਮੈਂ ਇਹਨਾਂ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਮੈਂ ਇਹਨਾਂ ਦੀ ਪ੍ਰਸ਼ੰਸਾ ਕਰਦਾ ਅਤੇ ਮੈਂ ਸਮਝਦਾ ਵੀ ਇੱਕ ਇਨਸਾਨਤ ਲਈ ਇਹ ਬਹੁਤ ਵਧੀਆ ਉਪਰਾਲਾ ਵਾ। ਔਰ ਮੈਂ ਇਹ ਵੀ ਬੇਨਤੀ ਕਰਾਂਗਾ ਵੀ ਜੋ ਵੈਕਸੀਨ ਲਾਉਣ ਵਾਸਤੇ ਲੋਕ ਅਫਵਾਹ ਉਡਾ ਰਹੇ ਨੇ ਉਹਨਾਂ ਅਫਵਾਹਾਂ ਸੁਚੇਤ ਰਹੋ ਔਰ ਵੱਧ ਤੋਂ ਵੱਧ ਜਿਹੜੀ ਵੈਕਸੀਨ ਲਵਾ ਕੇ ਨੇ ਇਸ ਜਿਹੜੀ ਮਹਾਮਾਰੀ ਤੋਂ ਬਚਾਅ ਲਈ ਆਪਣੇ ਉਪਰਾਲੇ ਕਰੋ। ਧੰਨਵਾਦ। ਨਿਰੰਕਾਰੀ ਭਵਨ ਦੇ ਵਿੱਚ ਵੀ ਮਤਲਬ ਕਿ ਜਿਵੇਂ ਪਹਿਲਾਂ ਸੀ ਰਾਧਾ ਸੁਆਮੀ ਭਵਨ ਦਾ ਦੌਰਾ ਕਰਕੇ ਆਏ, ਉੱਥੇ ਵੀ ਬਹੁਤ ਵਧੀਆ ਫੈਸਿਲਿਟੀ ਸੀ ਅਤੇ ਨਿਰੰਕਾਰੀ ਭਵਨ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਇਹਨਾਂ ਨੇ ਪ੍ਰਬੰਧ ਕਰ ਰੱਖਿਆ ਜੀ ਅਤੇ ਇੰਜੈਕਸ਼ਨ ਵਗੈਰਾ ਲਗਵਾ ਕੇ ਆਰਾਮ ਕਰਨ ਦਾ ਚਾਹ ਪਾਣੀ ਦਾ ਸਾਰਾ ਬਹੁਤ ਵਧੀਆ। ਇਹ ਅੱਜ ਜੀ ਪੰਜਵਾਂ ਕੈਂਪ ਹੈ ਸੰਤ ਨਿਰੰਕਾਰੀ ਭਵਨ ਦੇ ਵਿੱਚ। ਸਤਿਗੁਰੂ ਮਾਤਾ ਸੁਦੇਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੁੰਦਰ ਵਿਵਸਥਾ ਸਾਡੇ ਨੌਜਵਾਨ ਸਭਾ ਦਲ ਦੇ ਜਵਾਨਾਂ ਭੈਣਾਂ ਨੇ ਬਣਾਈ ਹੋਈ ਹੈ ਔਰ ਅੱਜ ਵੀ 150 ਦੇ ਕਰੀਬ ਸਾਡੇ ਕੋਲ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਸਰਕਾਰ ਨੂੰ ਇਹ ਬੇਨਤੀ ਹੈ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਔਰ ਲੋਕਾਂ ਨੂੰ ਵੀ ਦੱਸ ਅਪੀਲ ਕਰਦਾ ਕਿ ਅਫਵਾਹਾਂ ਤੋਂ ਬਚ ਕੇ ਅਸੀਂ ਆਪਣੇ ਆਪ ਨੂੰ ਬਚਾਈਏ। ਆਪਣੇ ਆਪ ਨੂੰ ਬਚਾਉਣ ਲਈ ਸਰਕਾਰ ਜੋ ਪ੍ਰਬੰਧ ਕਰ ਰਹੀ ਹੈ ਅਸੀਂ ਸਰਕਾਰ ਦਾ ਵੀ ਸਾਥ ਦੇਈਏ ਔਰ ਆਪਣੇ ਜੀਵਨ ਨੂੰ ਬਚਾਉਣ ਵਾਸਤੇ ਇੰਜੈਕਸ਼ਨ ਵੀ ਲਗਾਈਏ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ।